सिंपल गिया ट्रेन, सिंपल गिया ट्रेन किया। ये सिंपल गिया ट्रेन इज ए चेंज गिया ट्रेन हैविंग ओनली वन ड्राइवर एंड वन ड्रिवन व्हील। जिहड़ी सिंपल गिया ट्रेन वा इहदे विच की हुंदा आ कि एक ही इहदे विच ड्राइवर हुंदा ते एक ही जिहड़ा आ उह ड्रिवन हुंदा आ। जिवें इत्थे तुसीं देख सकदे आ इह इक इहदा ड्राइवर वा, सो इह इक इहदा ड्रिवन हैगा आ। बिटवीन द ड्राइवर एंड द ड्रिवन व्हील देयर मे बी एन आइडल गेयर विच डज नॉट अफेक्ट द गियर रेशो। एक इन दे विचकार जिहड़ा ये आइडल गेयर हुंदा आ, सो ये जिहड़ा आ इहदी रेशो ते कोई फर्क नहीं पाउंदा। सो इहदा काम की है, इट इज़ परपज इज जस्ट टू लिंक द ड्राइवर एंड द ड्रिवन गियर एज वैल एज टू गैट द डिजायर डायरैक्शन टू द ड्रिवन व्हील। इहदा जिहड़ा काम आ कि इहने एक तां ਇਹ ਦੋਨਾਂ ਗੇਅਰਾਂ ਨੂੰ ਡਰਾਈਵਰ ਅਤੇ ਡਰਿਵਨ ਨੂੰ ਲਿੰਕ ਕਰਨਾ ਆਪਸ ਵਿੱਚ, ਇਹਨੂੰ ਡਰਾਈਵਰ ਨੂੰ ਅਤੇ ਡਰਿਵਨ ਨੂੰ ਆਪਸ ਵਿੱਚ ਜੋੜਨਾ ਆ। ਅਤੇ ਦੂਸਰਾ ਇਹਦਾ ਕੰਮ ਆ ਇਹ ਜਿਹੜੀ ਆ ਇਹਦੀ ਰੋਟੇਸ਼ਨ ਆ ਉਹ ਜਿਹੜੀ ਗਤੀ ਹੈਗੀ ਆ ਉਹ ਚੇਂਜ ਕਰਨੀ ਆ। ਦੇਖੋ ਇੱਥੇ ਪਹਿਲਾਂ ਇਹ ਇੱਧਰ ਨੂੰ ਚੱਲਦੀ ਪਈ ਆ, ਅਗਰ ਇੱਧਰੋਂ ਅਸੀਂ ਦੇਖੀਏ ਤਾਂ ਐਂਟੀ ਕਲੋਕਵਾਈਜ਼, ਇੱਥੇ ਆ ਕੇ ਇਹ ਕਲੋਕਵਾਈਜ਼ ਹੋ ਗਈ, ਇੱਥੇ ਫਿਰ ਐਂਟੀ ਕਲੋਕਵਾਈਜ਼। ਸੋ ਇਹਦਾ ਕੰਮ ਆ ਜਿਹੜਾ ਆਈਡਲ ਗੇਅਰ ਦਾ ਆ ਕਿ ਇਹਨੇ ਡਾਇਰੈਕਸ਼ਨ ਚੇਂਜ ਕਰਨਾ, ਸਿਰਫ ਇਹਦਾ ਇਹੀ ਕੰਮ ਆ, ਹੋਰ ਕੋਈ ਨਾ। ਦੂਸਰਾ ਇਹਨੂੰ ਇਹ ਲਿੰਕ ਕਰਦਾ ਆ। ਸੋ ਸਿੰਪਲ ਗੇਅਰ ਟ੍ਰੇਨ ਦੇ ਵਿੱਚ ਕੀ ਆ ਕਿ ਇੱਕੋ ਹੀ ਡਰਾਈਵਰ ਹੋਏਗਾ ਅਤੇ ਇੱਕੋ ਹੀ ਡਰਿਵਨ ਹੋਏਗਾ। ਹੁਣ ਦੂਸਰੀ ਜਿਹੜੀ ਆ ਗੇਅਰ ਟ੍ਰੇਨ ਉਹ ਹੈ ਕੰਪਾਊਂਡ ਗੇਅਰ ਟ੍ਰੇਨ। ਕਈ ਵਾਰੀ ਕੀ ਹੁੰਦਾ ਸਾਡਾ ਜਿਹੜੀ ਸਿੰਪਲ ਗੇਅਰ ਟ੍ਰੇਨ ਆ ਉਹਦੇ ਨਾਲ ਕੰਮ ਨਹੀਂ ਚੱਲਦਾ, ਉਹਦੇ ਨਾਲ ਜੋ ਅਸੀਂ ਉਹਦੀ ਰੇਸ਼ੋ ਬਣਾਉਣੀ ਆ ਉਹ ਨਹੀਂ ਬਣਦੀ। ਫਿਰ ਕੀ ਕਰਨਾ ਪੈਂਦਾ, ਸਾਨੂੰ ਕੰਪਾਊਂਡ ਗੇਅਰ ਟ੍ਰੇਨ ਯੂਜ ਕਰਨੀ ਪੈਂਦੀ ਆ। ਸਮ ਟਾਈਮ ਫਾਰ ਦਾ ਰਿਕੁਆਇਰਡ ਰੇਸ਼ੋ ਆਫ ਮੋਸ਼ਨ ਬਿਟਵੀਨ ਦਾ ਸਪਿੰਡਲ ਐਂਡ ਦਾ ਲੀਡ ਸਕਰਿਊ ਇਟ ਇਜ਼ ਨੋਟ ਪੋਸੀਬਲ ਟੂ ਅਬਟੇਨ ਵਨ ਡਰਾਈਵਰ ਐਂਡ ਵਨ ਡਰਿਵਨ ਵੀਲ। ਸੋ ਇਹਦੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ ਇੱਕ ਡਰਾਈਵਰ ਅਤੇ ਇੱਕ ਡਰਿਵਨ ਦੇ ਨਾਲ ਅਸੀਂ ਜਿਹੜੀ ਆ ਅਸੀਂ ਉਹ ਰੇਸ਼ੋ ਨਹੀਂ ਪ੍ਰਾਪਤ ਕਰ ਸਕਦੇ। ਸੋ ਫਿਰ ਕੀ ਕਰਦੇ ਹਾਂ ਅਸੀਂ, द रेशो इज स्पेल्ड अप एंड कंपाउंड गेयर ट्रेन। कंपाउंड गेयर ट्रेन की आ कई बार की हों जी सिंपल गेयर ट्रेन के नाल वा वो साड़ी जो असी रेशो प्राप्त करनी आ वो साड़ी नहीं होंगी, वो साड़ी सिंपल गेयर ट्रेन ना नहीं होंगी। तो फिर की असी करीदा कंपाउंड गेयर ट्रेन बनाई दी आ। कंपाउंड गेयर ट्रेन सम टाइम फार द रिक्वायर्ड रेशो ऑफ मोशन बिटवीन द स्पिंडल एंड द लीड सक्रियो इट इज़ नॉट पॉसीबल टू ऑबटेन वन ड्राइवर एंड वन ड्रिवन व्हील। ये नहीं, जो सिंपल गेयर ट्रेन के होंदा आ एक ड्राइवर तो एक ड्रिवन वो संभव नहीं होंदा कि जिहड़ी साडी आ वो रेशो असी जिहड़ी प्राप्त करनी चाहुंदे वो प्राप्त कर लईए। सो फिर असी की करदे आ, द रेशो इज स्पेल स्प्लिट अप and then the change gears are obtained from the available set of gears will be result in having more than one driver and one driven wheel। so ਕੀ ਕਰਦੇ ਹਾਂ ਜਿਹੜੀ ਸਾਨੂੰ ਦਿੱਤੀ ਹੋਈ ਆ ਰੇਸ਼ੋ ਜੋ ਅਸੀਂ ਪ੍ਰਾਪਤ ਕਰਨੀ ਆ ਉਹਨੂੰ ਕੀ ਕਰਦੇ ਹਾਂ ਅਸੀਂ ਉਹਨੂੰ ਸਪਲਿਟ ਕਰ ਦਿੰਦੇ ਹਾਂ, ਸਪਲਿਟ ਕਰ ਦਿੰਦੇ ਦੋ ਹਿੱਸਿਆਂ 'ਚ ਡਿਵਾਈਡ ਕਰ ਦਿੰਦੇ ਵੰਡ ਦਿੰਦੇ ਹਾਂ। ਸੋ ਉਹਦੇ ਨਾਲ ਕੀ ਆ ਸਾਨੂੰ ਜਿਹੜੀ ਆ ਉਹ ਦਿੱਤੀ ਹੋਈ ਰੇਸ਼ੋ ਜਿਹੜੀ ਆ ਉਹ ਅਸੀਂ ਉਹ ਤੋਂ ਗੇਅਰ ਟ੍ਰੇਨ ਜਿਹੜੀ ਆ ਉਹ ਸਪਲਿਟ ਕਰਕੇ ਕੱਢ ਲੈਂਦੇ ਹਾਂ, ਫਿਰ ਉਹਦੇ ਵਿੱਚ ਸਾਡੇ ਕੋਲ ਇੱਕ ਤੋਂ ਜ਼ਿਆਦਾ ਡਰਾਈਵਰ ਅਤੇ ਡਰਿਵਨ ਜਿਹੜੇ ਆ ਉਹ ਸਾਡੇ ਕੋਲ ਆ ਜਾਂਦੇ ਆ। ਸੱਚੇ ਚੇਂਜ ਗੇਅਰ ਟ੍ਰੇਨ ਇਜ਼ ਕਾਲਡ ਏ ਕੰਪਾਊਂਡ ਗੇਅਰ ਟ੍ਰੇਨ। ਸੋ ਇਹੋ ਜਿਹੀ ਜਿਹੜੀ ਗੇਅਰ ਟ੍ਰੇਨ ਆ ਉਹਨੂੰ ਅਸੀਂ ਕੰਪਾਊਂਡ ਗੇਅਰ ਟ੍ਰੇਨ ਕਹਿੰਦੇ ਹਾਂ। ਸੋ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਆ ਇਹ ਫਸਟ ਡਰਾਈਵਰ ਲੱਗਾ ਹੋਇਆ ਆ, ਇਹ ਜਿਹੜਾ ਆ ਇਹਦੇ ਨਾਲ ਲੱਗੂਗਾ ਕਿਉਂਕਿ ਪਹਿਲਾਂ ਡਰਾਈਵਰ ਹੁੰਦਾ ਜਿਹੜਾ ਉਹਦੇ ਨਾਲ ਲੱਗਾ, ਇਹ ਡਰਿਵਨ ਲੱਗਾ ਆ। ਫਿਰ ਇਸੇ ਸਪਿੰਡਲ ਦੇ ਉੱਪਰ ਹੀ ਆ ਜਿਹੜਾ ਜਿੱਥੇ ਆ ਫਸਟ ਡਰਾਈਵਰ ਲੱਗਾ ਆ ਉਸ ਸਪਿੰਡਲ ਦੇ ਉੱਪਰ ਹੀ ਜਿਹੜੀ ਆ ਸਾਡਾ ਦੂਸਰਾ ਗੇਅਰ ਲੱਗਿਆ, ਫਿਰ ਇਸ ਕਰਕੇ ਇਹ ਡਰਾਈਵਰ ਗੇਅਰ ਬਣ ਜਾਣਾ, ਫਿਰ ਇਹ ਡਰਾਈਵਰ ਫਿਰ ਬਣ ਗਿਆ, ਇਹ ਡਰਿਵਨ ਫਿਰ ਬਣ ਗਿਆ। ਸੋ ਇਸ ਹਾਲਤ ਦੇ ਵਿੱਚ ਇੱਥੇ ਕੀ ਹੋਇਆ, ਹੁਣ ਜਿਹੜੇ ਹੈਗੇ ਆ ਦੋ ਡਰਾਈਵਰ ਹੋ ਗਏ, ਦੋ ਡਰਿਵਨ ਹੋ ਗਏ, ਇੱਕ ਡਰਾਈਵਰ ਇਹ ਹੋ ਗਿਆ ਅਤੇ ਇੱਕ ਡਰਾਈਵਰ ਇਹ ਹੋ ਗਿਆ। ਸੋ ਇਹਦੇ ਨਾਲ ਪਹਿਲੇ ਡਰਾਈਵਰ ਦੇ ਨਾਲ ਇਹ ਡਰਿਵਨ ਪਹਿਲਾਂ ਹੋ ਗਿਆ, ਸੋ ਦੂਸਰੇ ਡਰਾਈਵਰ ਦੇ ਨਾਲ ਆ ਦੂਸਰਾ ਡਰਾਈਵਰ ਹੋ ਗਿਆ। ਸੋ ਕਹਿਣ ਦਾ ਭਾਵ ਇੱਥੇ ਹੁਣ ਦੋ ਡਰਾਈਵਰ ਹੋ ਗਏ ਸਾਡੇ ਕੋਲ, ਦੋ ਜਿਹੜੇ ਹੋ ਗਏ ਉਹ ਡਰਿਵਨ ਹੋ ਗਏ। ਇਹ ਹੈ ਕੰਪਾਊਂਡ ਗੇਅਰ ਟ੍ਰੇਨ। ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ, ਪਰ ਲੇਥ ਮਸ਼ੀਨ ਦੇ ਉੱਪਰ ਜਾਂ ਆਮ ਅਸੀਂ ਦੋ ਜਿਹੜੇ ਆ ਦੋ ਡਰਾਈਵਰ ਦਾ ਦੋ ਡਰਿਵਨ ਚੱਲਦੇ, ਕਿਉਂਕਿ ਸਾਡੇ ਕੋਲ ਇਹ ਤਾਂ ਨੋਟਨ ਗੇਅਰ ਬੁੱਕਸ ਹੁੰਦਾ, ਉਹਦੇ ਵਿੱਚ ਬੜੇ ਸਾਰੀਆਂ ਗਰਾਰੀਆਂ ਹੁੰਦੀਆਂ ਆ, ਬਹੁਤ ਸਾਰੇ ਗੇਅਰ ਹੁੰਦੇ ਆ ਜਿਹੜੀ ਰੇਸ਼ੋ ਕੱਢੀ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਕੰਪਾਊਂਡ ਗੇਅਰ ਟ੍ਰੇਨ ਵਾ ਅਸੀਂ ਇਹ ਬਣਾ ਲੈਂਦੇ ਹਾਂ। ਹੁਣ ਨੈਕਸਟ ਆ ਗਿਆ ਅਸੀਂ ਜਿਹੜੀ ਲੇਅਰ ਦੇ ਉੱਪਰ ਵਾ ਉਹ ਥਰੈਡ ਕੱਟਦੇ ਹਾਂ, ਉਹ ਕੈਲਕੂਲੇਸ਼ਨ ਕਿਵੇਂ ਕਰਦੇ ਹਾਂ। ਆਮ ਤੌਰ 'ਤੇ ਕੀ ਹੁੰਦਾ ਆ ਕਿ ਅਸੀਂ ਜਿਹੜੀ ਹੈਗੀ ਆ ਸਾਡੇ ਕੋਲ ਨੋਟਨ ਗੇਅਰ ਬਾਕਸ ਉੱਪਰ ਲੱਗਾਇਆ ਹੁੰਦਾ, ਅੱਜ ਕੱਲ੍ਹ ਲੇਥ ਮਸ਼ੀਨਾਂ ਜਿੰਨੀਆਂ ਉੱਥੇ ਚਾਰਟ ਲੱਗਾਇਆ ਹੁੰਦਾ, ਉਸ ਚਾਰਟ ਨੂੰ ਪੜ੍ਹ ਕੇ ਅਸੀਂ ਜੋ ਉਹਦੇ 'ਤੇ ਦਿੱਤਾ ਹੋਇਆ ਉੱਥੇ ਉੱਥੇ ਅਸੀਂ ਲੀਵਰ ਲਗਾ ਕੇ ਅਸੀਂ ਜਿਹੜੀਆਂ ਗਰਾਰੀਆਂ ਉਹ
ਜਿਹੜੇ ਦੰਦੇ ਹੈਗੇ ਅਸੀਂ ਜਿਹੜੀ ਕੱਟਣੀ ਹੈਗੀ ਆ ਚੂੜੀ ਉਹ ਕੱਟ ਲੈਂਦੇ ਹਾਂ। ਹੁੰਦਾ ਕੀ ਆ ਕਿ ਉਹਦੇ 'ਤੇ ਅਸੀਂ ਪਹਿਲਾਂ ਹੀ ਜਦੋਂ ਬਣਿਆ ਆ ਉਹਦੇ 'ਤੇ ਚਾਰਟ, ਅਤੇ ਉਹਦੇ ਨਾਲ ਸਾਡਾ ਟਾਈਮ ਬਚ ਜਾਂਦਾ ਆ, ਪਹਿਲਾਂ ਹੀ ਟਾਈਮ ਬਚ ਜਾਂਦਾ, ਅਸੀਂ ਸਿਰਫ ਲੀਵਰ ਦਬਾਉਣਾ ਹੁੰਦਾ। ਪਰ ਕਿਉਂਕਿ ਇਹ ਜ਼ਰੂਰੀ ਆ ਕਿ ਤੁਹਾਨੂੰ ਆਉਣਾ ਚਾਹੀਦਾ ਆ ਕਿ ਕਿਵੇਂ ਅਸੀਂ ਗੇਅਰ ਕੱਢਦੇ ਹੈਗੇ ਹਾਂ, ਇਹਦੀਆਂ ਗਰਾਰੀਆਂ ਕਿਵੇਂ ਕੱਢਦੇ ਹੈਗੇ ਹਾਂ, ਜਾਂ ਇਹਦਾ ਕੀ ਪ੍ਰਿੰਸੀਪਲ ਇਹਦਾ ਕੀ ਹੈਗਾ ਆ। ਸੋ ਉਸ ਲਈ ਜਿਹੜੀ ਆ ਇਹ ਕੈਲਕੂਲੇਸ਼ਨ ਜਿਹੜੀ ਆ ਉਹ ਮੈਂ ਸਮਝਾਉਣ ਲੱਗਾ ਤੁਹਾਨੂੰ। ਸੋ ਪ੍ਰਿੰਸੀਪਲ ਆਫ ਥਰੈਡ ਕਟਿੰਗ, ਪ੍ਰਿੰਸੀਪਲ ਕੀ ਆ ਥਰੈਡ ਕਟਿੰਗ ਦਾ? ਹੁਣ ਇਹਦੇ ਵਿੱਚ ਦਾ ਪ੍ਰਿੰਸੀਪਲ ਆਫ ਥਰੈਡ ਕਟਿੰਗ ਆਲ ਪ੍ਰੋਡਿਊਸ ਏ ਯੂਨੀਫਾਰਮ ਹੈਲੀਕਲ ਗਰੂਵ ਔਨ ਐਂਡ ਸਿਲੰਡਰੀਕਲ ਵਾਈ ਰੋਟੇਟਿੰਗ ਦਾ ਜੋਬ ਐਟ ਏ ਕੋਂਸਟੈਂਟ ਸਪੀਡ ਐਂਡ ਮੂਵਿੰਗ ਦਾ ਟੂ ਲੋਂਗੀਟਿਊਡਨਲ ਐਟ ਏ ਰੇਟ ਈਕੁਅਲ ਟੂ ਦੀ ਪਿੱਚ ਆਫ ਦਾ ਥਰੈਡ ਪਰ ਰੈਵੋਲੂਸ਼ਨ ਆਫ ਦਾ ਜੋਬ। ਸੋ ਇਹਦੇ ਵਿੱਚ ਕੀ ਕੀਤਾ ਜਾਂਦਾ ਆ ਕਿ ਅਸੀਂ ਜਿਹੜੀ ਆ ਇੱਕ ਸਾਰ ਜਿਹੜਾ ਗਰੂਵ ਅਸੀਂ ਹੈਲੀਕਲ ਕੱਟਣਾ ਆ, ਯਾਨੀ ਕਿ ਚੂੜੀ ਕੱਟਣੀ ਆ, ਉਹਦੇ ਵਾਸਤੇ ਕੀ ਕਰੀਦਾ, ਜਿਹੜੀ ਅਸੀਂ ਸਿਲੰਡਰੀਕਲ ਜੋਬ ਬੰਨੀ ਆ ਉਹਨੂੰ ਕੋਂਸਟੈਂਟ ਜਿਹੜੀ ਸਪੀਡ 'ਤੇ ਸਥਿਰ ਸਪੀਡ 'ਤੇ ਉਹਨੂੰ ਘੁਮਾਇਆ ਜਾਂਦਾ ਆ, ਅਤੇ ਜਿਹੜਾ ਟੂਲ ਆ ਸਾਡਾ ਲੋਂਗੀਚਿਊਡਨਲ ਉਹਨੂੰ ਫੀਡ ਦੇਣੀ ਆਪਾਂ ਜਿਹੜੀ ਉਹਨੂੰ ਜਿਹੜਾ ਹੈਗਾ ਆ ਉਹ ਵੀ ਅਸੀਂ ਜਿਹੜੀ ਆ ਉਹ ਇੱਕ ਸਾਰ ਦੇਣੀ ਆ। ਸੋ ਉਹ ਕੀ ਹੋਏਗਾ, ਜਿੰਨੀ ਅਸੀਂ ਥਰੈਡ ਜਿਹੜੇ ਉਹਦੇ 'ਤੇ ਕੱਟਣੇ ਆ, ਜੋਬ ਸਾਡੀ ਦਾ ਯਾਨੀ ਕਿ ਸਪਿੰਡਲ ਦਾ ਚੱਕਰ ਆਉਂਦੇ ਆਉਂਦੇ ਜਿੰਨਾ ਟੂਲ ਅੱਗੇ ਲੋਂਗੀਚਿਊਡਨਲ ਚਲ ਗਿਆ ਉਹ, ਅਤੇ ਉਹ ਉਨੀਆਂ ਹੀ ਚੂੜੀਆਂ ਉਹ ਉੱਤੇ ਆ ਜਾਣਗੀਆਂ। ਸੋ ਉਨੀਆਂ ਚੂੜੀ ਜਿਹੜੀ ਆ ਉਹਦੀ ਪਿੱਚ ਉਹ ਬਣ ਜਾਏਗੀ, ਉਨੇ ਐੱਮ ਐੱਮ ਦੀ ਜਿਹੜੀ ਆ ਪਿੱਚ ਉਹਦੀ ਬਣ ਜਾਏਗੀ। ਹੁਣ ਇਹਦੇ ਵਿੱਚ ਮੈਂ ਦਿਖਾਇਆ ਗਿਆ ਆ ਕਿ ਸਿੱਧਾ ਗਰਾਰੀ ਆਪਾਂ ਗੀਅਰ ਕਿੱਦਾਂ ਲੈਂਦੇ, ਇਹ ਤੁਹਾਡੀ ਜੋਬ ਆ ਅਸੀਂ ਬੰਨੀ ਹੋਈ। ਸੋ ਇਹ ਇਹਦੇ ਪਿੱਛੇ ਆ ਜਿਹੜਾ ਤੁਹਾਡਾ ਸਪਿੰਡਲ ਵਾ ਉਹਦੇ, ਇਹ ਕਿਉਂਕਿ ਹੈੱਡ ਸਟੋਕ ਦੇ ਵਿੱਚ ਹੁੰਦਾ, ਇਹਦੇ ਪਿੱਛੇ ਗਰਾਰੀ ਲਾਈ ਹੋਈ ਆ ਅਸੀਂ, ਇਹਦੇ ਨਾਲ ਅਟੈਚ ਹੁੰਦੀ ਆ। ਇੱਥੇ ਜਿਹੜਾ ਲੀਡ ਸਕਰਿਊ ਦੀ ਜਿਹੜੀ ਆ ਸਿੱਧੀ ਗਰਾਰੀ ਦਿੱਤੀ ਆ, ਵਿਚਕਾਰ ਜਿਹੜਾ ਅਸੀਂ ਇੱਕ ਆਈਡਲ ਗੇਅਰ ਲਾਇਆ ਹੋਇਆ। ਸੋ ਇਹ ਕੀ ਹੁੰਦਾ, ਜਦੋਂ ਸਾਡੀ ਇਹ ਜੋਬ ਘੁੰਮਦੀ ਆ, ਜਦੋਂ ਇਹ ਜੋਬ ਸਾਡੀ ਜਿਹੜੀ ਆ ਉਹ ਘੁੰਮਣੀ ਆ, ਤਾਂ ਸਾਡਾ ਜਿਹੜਾ ਆ ਕਿਉਂਕਿ ਇਹ ਜਿਹੜੀ ਆ ਗੀਅਰ ਟ੍ਰੇਨ ਆ ਇਹਦੇ ਥਰੂ ਸਾਡਾ ਲੀਡ ਸਕਰਿਊ ਵੀ ਘੁੰਮੇਗਾ, ਲੀਡ ਸਕਰਿਊ ਘੁੰਮੇਗਾ ਨਾਲ ਨਾਲ ਇਹ ਟੂਲ ਜਿਹੜਾ ਆ ਇਹ ਅੱਗੇ ਨੂੰ ਵੀ ਚੱਲੇਗਾ। ਸੋ ਟੂਲ ਅੱਗੇ ਨੂੰ ਚੱਲਦੇ ਚੱਲਦੇ ਜਿੱਦਾਂ ਹੀ ਸਾਡੀ ਇਹ ਜੋਬ ਜਿਹੜੀ ਆ ਇੱਕ ਚੱਕਰ ਲਾਊਗੀ, ਜਿੰਨਾ ਟੂਲ ਅੱਗੇ ਨੂੰ ਚੱਲ ਗਿਆ ਉਨੀ ਸਾਡਾ ਜਿਹੜਾ ਆ ਇਹ ਉਹਦੇ 'ਤੇ ਪਿੱਚ ਦੀ ਚੂੜੀ ਕੱਟ ਹੋ ਜਾਣੀ ਆ। ਸੋ ਇਹ ਤਰੀਕੇ ਦੇ ਨਾਲ ਇੱਥੇ ਗੇਅਰ ਟ੍ਰੇਨ ਅਸੀਂ ਲਾਉਂਦੇ ਹਾਂ, ਇਹ ਗੇਅਰ ਟ੍ਰੇਨ ਦਾ ਕੱਢਣ ਦਾ ਜਿਹੜਾ ਮੈਥਡ ਹੈਗਾ ਆ ਉਹਦੇ ਵਿੱਚ ਅਸੀਂ ਕੀ ਕਰਦੇ ਹੈਗੇ ਹਾਂ। ਹੁਣ ਮੈਂ ਇੱਕ ਐਗਜੈਂਪਲ ਲਈ ਹੈਗੀ ਆ, ਥਰੈਡ ਟੂ ਵੀ ਕੱਟ ਔਨ ਜੋਬ 8, ਅਸੀਂ ਕਿੰਨੇ ਕੱਟਣੇ ਆ ਜੋਬ 'ਤੇ ਥਰੈਡ ਕਿੰਨੇ ਕੱਟਣੇ, 8 TPI ਕੱਟਣੇ ਆ, 8 TPI 8 ਥਰੈਡ ਪਰ ਇੰਚ ਕੱਟਣੇ ਆ। ਸੋ ਇਹਦੀ ਪਿੱਚ ਕਿੰਨੀ ਹੋ ਗਈ, ਕਿਉਂਕਿ ਪਹਿਲਾਂ ਸਾਨੂੰ ਇਹਦੀ ਪਿੱਚ ਕੱਢਣੀ ਪਏਗੀ, ਕਿਉਂਕਿ ਜਿਹੜੀ ਇਹਦੀ ਕੱਢਣ ਦਾ ਫਾਰਮੂਲਾ ਹੈਗਾ ਆ ਉਹ ਹੈਗਾ ਡਰਾਈਵਰ ਵਟਾ ਡਰਿਵਨ, ਜਾਂ ਕੱਟੀ ਜਾਣ ਵਾਲੀ ਜੋਬ ਦੀ ਪਿੱਚ ਅਤੇ ਵਟਾ ਲੀਡ ਸਕਰੀ ਉਹਦੀ ਪਿੱਚ। ਸੋ ਇਸ ਕਰਕੇ ਸਾਨੂੰ ਇਹਦੀ ਪਹਿਲਾਂ ਪਿੱਚ ਅਸੀਂ ਕੱਢ ਲਵਾਂਗੇ, 8 TPI ਆ ਜੋਬ ਦੀ। ਸੋ ਇਹਦੀ ਜਿਹੜੀ ਪਿੱਚ ਬਣੀ ਆ ਉਹ 1:8 ਬਣ ਗਈ ਆ। ਇੱਦਾਂ ਹੀ ਜਿਹੜਾ ਤੁਹਾਡਾ ਲੀਡ ਸਕਰੀ ਆ ਉਹ 4 TPI ਦਾ, 4 TPI ਮੀਨਸ ਕਿ 4 ਥਰੈਡ ਪਰ ਇੰਚ ਆ। ਸੋ ਉਹਦੀ ਜਿਹੜੀ ਪਿੱਚ ਬਣ ਗਈ ਸਾਡੇ ਕੋਲ 1:4 ਆ ਗਈ। ਹੁਣ ਮੈਂ ਜਿਹੜੀ ਗੇਅਰ ਰੇਸ਼ੋ ਕੱਢਣ ਦਾ ਸਾਡੇ ਕੋਲ ਫਾਰਮੂਲਾ ਗੇਅਰ ਰੇਸ਼ੋ ਕੱਢਣ ਦਾ ਉਹ ਹੈਗਾ ਗੀਅਰ ਰੇਸ਼ੋ ਆ ਡਰਾਈਵਰ ਵਟਾ ਡਰਿਵਨ, ਡਰਾਈਵਰ ਵਟਾ ਡਰਿਵਨ, ਜਾਂ ਮੈਂ ਕਹਿ ਸਕਦਾ ਪਿੱਚ ਆਫ ਦਾ ਜੋਬ ਤਾਂ ਅਵਲੀਕ, ਯਾਨੀ ਕਿ ਡਿਵਾਈਡ ਕਰਨਾ ਅਸੀਂ ਪਿੱਚ ਆਫ ਦਾ ਲੀਡ ਸਕਰਿਊ, ਪਿੱਚ ਆਫ ਦਾ ਲੀਡ ਸਕਰਿਊ। ਇਹਨੂੰ ਜਿਹੜੀ ਜੋਬ ਆ ਉਹਨੂੰ ਅਸੀਂ ਡਰਾਈਵਰ ਕਹਿ ਦਿੰਦੇ ਹਾਂ, ਅਤੇ ਜਿਹੜੀ ਸਾਡਾ ਲੀਡ ਸਕਰਿਊ ਆ ਉਹਨੂੰ ਅਸੀਂ ਡਰਿਵਨ ਕਹਿ ਦਿੰਦੇ ਹਾਂ। ਇਸ ਕਰਕੇ ਅਸੀਂ ਕੀ ਰੱਖਦੇ ਹੈਗੇ ਹਾਂ ਡਰਾਈਵਰ ਓਵਰ ਡਰਿਵਨ, ਇਹਦੀ ਜਦੋਂ ਗੇਅਰ ਰੇਸ਼ੋ ਕੱਢਣੀ ਆ ਤਾਂ ਕਿੰਨੇ ਦੀਆਂ ਗਰਾਰੀਆਂ ਲਾਉਣੀਆਂ। ਹੁਣ ਇਹਦੇ ਵਿੱਚ ਕੀ ਆ, ਜਦੋਂ ਅਸੀਂ ਇਹ ਕੱਢਣਾ ਆ, ਹੁਣ ਇਹ ਫਾਰਮੂਲਾ ਮੈਂ ਲਾਇਆ ਤਾਂ ਮੇਰਾ ਕੀ ਆ ਗਿਆ, ਜਿਹੜੀ ਇਹਦੀ ਪਿੱਚ ਸੀਗੀ ਉੱਪਰ ਡਰਾਈਵਰ ਦੀ ਉਹ ਕਿੰਨਾ ਆ ਗਿਆ 1:8, ਅਤੇ ਵਟਾ ਜਿਹੜੀ ਹੈਗੀ ਆ ਪਿੱਚ ਆਫ ਲੀਡ ਸਕਰਿਊ ਇਹ ਕਿੰਨੀ ਆ ਗਈ 1:4। ਸੋ ਜਿਹੜੇ ਮੈਂ ਇੱਥੇ ਆ ਲਿਖੇ ਹੋਏ ਆ, ਸੋ ਇਹ ਫਿਰ ਕੀ ਹੋ ਗਿਆ, 8 ਥੱਲੇ ਆ ਗਏ 4 ਉੱਪਰ ਚਲ ਗਏ, ਇਹਦੇ ਨਾਲ ਕੀ ਹੋਇਆ 8 ਥੱਲੇ ਆ ਗਏ 4 ਉੱਪਰ ਚਲ ਗਏ, ਤਾਂ ਇਹ ਬਣ ਗਿਆ 4:8। ਹੁਣ ਮੈਂ ਇਹਦੇ 'ਚ ਕਟਿੰਗ ਮਾਰ ਦਿੱਤੀ, ਇਹ ਆ ਗਿਆ ਮੇਰੇ ਕੋਲ 1:2, ਇਹ ਮੈਂ ਜਿਹੜੇ ਲਿਖੇ ਹੋਏ ਆ 1:2। ਸੋ ਇਹ ਮੇਰੇ ਕੋਲ ਰੇਸ਼ੋ ਜਿਹੜੀ ਆਈ ਆ ਹੁਣ ਇਹ 1:2 ਆ ਗਈ ਆ, 1:2 ਆਈ ਆ।
हूँ मैं की करना आ गेयर क्ढण दे क्योंकि ना तो एक धंधे का होंगे आ साढ़े को गरारी तो ना दो धंधे की होंगी आ सो असी की करना क्योंकि लेथ के नाल जिहड़ियां गरारियां दा सैट आउंदा आ वह भी तो लैके 120 तक आउंदे आ पांच पांच दे स्टैप ना जिवें 20 दा आ 25 दा आ 30 दा आ 35 दा इदां गरारियां दे सैट आउंदे आ जिहड़े गरारियां तुहाडे कोल अवेलेबल हैगियां इस सैट चों उस सैट दे अनुसार असी जिहड़ी आ इह कैलकुलेशन इत्थों उहदी बना लैणी आ असी की करना उन्नियां नाल ही उपर मल्टीप्लाई करना उन्नियां दे नाल ही थल्ले करना मेरे को क्योंकि 20 दा